ਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਗਲਾ ਚਿਹਰਾ ਹੈ, ਦੋਗਲੀ ਰਾਜਨੀਤੀ ਹੈ, ਦੋਹਰੇ ਮਾਪਦੰਡ ਨੇ, ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ? ਬਹੁਤ ਅਹਿਮ ਜਿਹੜੀ ਹੈ ਇਹ ਗੱਲਬਾਤ ਰਹਿਣ ਵਾਲੀ ਹੈ। ਔਰ ਕੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਇੱਕ MLA ਤੇ ਇੱਕ ਮੰਤਰੀ ਦੇ ਵਿਰੁੱਧ ਕਾਰਵਾਈ ਕਰਨਗੇ, ਜਦਕਿ ਬਹੁਤ ਅਹਿਮ ਸਬੂਤ ਨੇ? ਕਿਹੜਾ ਉਹ ਵਿਧਾਇਕ ਤੇ ਕਿਹੜਾ ਮੰਤਰੀ ਹੈ, ਮਸਲਾ ਕੀ ਹੈ? ਬਹੁਤ ਅਹਿਮ ਜਿਹੜੀ ਹੈ ਗੱਲਬਾਤ ਇਹ ਤੇ ਕਰਨ ਜਾ ਰਹੇ ਹਾਂ। ਔਰ ਨਾਲ ਹੀ ਨਾਲ ਉਧਰ ਗੱਲਬਾਤ ਕਰਾਂਗੇ ਕਿ ਜਿਹੜਾ ਇਹਨਾਂ ਨੇ ਸੈਸ਼ਨ ਸੱਦਿਆ 2, 3 ਤੇ 4 ਨੂੰ ਜਿਹੜਾ ਸੈਸ਼ਨ ਹੋਣ ਜਾ ਰਿਹਾ ਵਿਧਾਨ ਸਭਾ ਦਾ, ਉਹਦੇ ਤੇ ਬਹੁਤ ਰੌਲਾ ਰੱਪਾ ਪੈ ਗਿਆ। ਔਰ ਸਪੀਕਰ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਉਹ ਤੋਂ ਬਾਅਦ ਹੋਰ ਵੱਡੇ ਜਿਹੜੇ ਆ ਸਵਾਲ ਉੱਠ ਗਿਆ, ਮਸਲਾ ਕੀ ਹੈ, ਸੰਤਵਾ ਤੇ ਸਵਾਲ ਕਿਉਂ ਉੱਠੇ ਨੇ ਔਰ ਰੌਲਾ ਕਿਉਂ ਪੈ ਰਿਹਾ ਸੈਸ਼ਨ ਦੇ ਉੱਪਰ, ਇਸ ਤੇ ਵੀ ਅਹਿਮ ਜਿਹੜੀ ਆ ਗੱਲਬਾਤ ਕਰਾਂਗੇ। ਉਧਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਪੰਜਾਬ ਸਰਕਾਰ ਦੀ ਜਿਹੜੀ ਰਿਪੋਰਟ ਹੈ ਹਾਈਕੋਰਟ ਦੇ ਵੱਲੋਂ ਨਾਮਨਜ਼ੂਰ ਕਰ ਦਿੱਤੀ ਗਈ ਹੈ, ਕਿਹੜੀ ਰਿਪੋਰਟ ਨਾਮਨਜ਼ੂਰ ਕਰ ਦਿੱਤੀ ਗਈ ਹੈ, ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ। ਔਰ ਪੰਜਾਬ ਸਰਕਾਰ ਨੂੰ ਵੱਡਾ ਕਰਾਰਾ ਝਟਕਾ ਹੈ। ਔਰ ਦੂਜੇ ਪਾਸੇ ਬਾਕੀ ਧੜੇ ਦੇ ਵੱਲੋਂ ਔਰ ਅਕਾਲੀ ਦਲ ਦੇ ਜਿਹੜਾ ਦੂਜਾ ਧੜਾ ਸੁਖਬੀਰ ਸਿੰਘ ਬਾਦਲ ਹੋਰਾਂ ਵਾਲਾ, ਉਹਨਾਂ ਦੇ ਵੱਲੋਂ ਕੱਲ ਹਰਜਨ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਦੇ ਉੱਪਰ ਸ਼ਹੀਦੀ ਕਾਨਫਰੰਸਾਂ ਜਿਹੜੀਆਂ ਕਰਵਾਈਆਂ ਗਈਆਂ, ਕੀ ਕੁਝ ਕੌਣ ਕਿਸ ਤੇ ਭਾਰੀ ਰਿਹਾ, ਕੀ ਕੁਝ ਉੱਥੇ ਖਾਸ ਰਿਹਾ, ਸਾਰੀ ਗੱਲਬਾਤ ਜਿਹੜੀ ਹੈ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ, ਸਭ ਤੋਂ ਪਹਿਲਾਂ ਸਵਾਗਤ ਕਰੂੰ। ਅਣਖ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਅਣਖੀ ਸਾਹਿਬ, ਸਭ ਤੋਂ ਪਹਿਲੀ ਇਹੀ ਗੱਲ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਗਲਾ ਚਿਹਰਾ, ਕਿਉਂਕਿ ਕਾਂਗਰਸ ਦੇ ਤਾਂ 4 ਜਿਹੜੇ ਸਾਬਕਾ ਮੰਤਰੀ ਨੇ ਉਹਨਾਂ ਦੇ ਖਿਲਾਫ ਅਦਾਲਤੀ ਕਾਰਵਾਈ ਚਲਾਉਣ ਦੇ ਲਈ ਜਿਹੜੀ ਮਨਜ਼ੂਰੀ ਕੈਬਨਿਟ ਦੇ ਵੱਲੋਂ ਦੇ ਦਿੱਤੀ ਗਈ ਹੈ, ਪਰ ਆਪਣੇ ਵਿਧਾਇਕ ਵਿਜੇ ਸਿੰਗਲਾ, ਜਿਹਦੇ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਲਜ਼ਾਮ ਲਾਏ ਸੀਗੇ, ਖੁਦ ਕਿਹਾ ਸੀ ਕਿ ਮੈਂ ਆਡੀਓ ਮੇਰੇ ਕੋਲ ਸਬੂਤ ਮੌਜੂਦ ਹੈਗੇ ਆ, ਕਿਸੇ ਨੇ ਹੋਰ ਨਹੀਂ ਤਾਂ ਦੇਖੀ ਨਹੀਂ ਸੀ, ਮੁੱਖ ਮੰਤਰੀ ਨੇ ਆਪ ਹੀ ਜਿਹੜੇ ਆ ਉਹ ਦੇਖੇ ਸੀ, ਉਹਨਾਂ ਤੇ ਕੋਈ ਸਖ਼ਤ ਕਾਰਵਾਈ ਕਿਉਂ ਨਹੀਂ, ਉਹਨਾਂ ਨੂੰ ਕੋਈ ਪਾਰਟੀ ਦੇ ਵਿੱਚੋਂ ਕਿਉਂ ਨਹੀਂ ਕੱਢਿਆ ਗਿਆ? ਹਾਲਾਂਕਿ ਵਿਜੇ ਸਿੰਗਲਾ ਦੀ ਤਾਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤਾਰੀਫ ਕਰਦੇ ਨਜ਼ਰ ਆਏ, ਕਹਿੰਦੇ ਕਿ ਸਾਡੀ ਪਾਰਟੀ 'ਚ ਡਾਕਟਰੀ ਬਹੁਤ ਨੇ, ਆਪਣੀ ਪਤਨੀ ਬਾਰੇ ਵੀ ਜ਼ਿਕਰ ਕੀਤਾ, ਵਿਜੇ ਸਿੰਗਲਾ ਬਾਰੇ ਵੀ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ। ਕੀ ਮੁੱਖ ਮੰਤਰੀ ਭਗਵੰਤ ਮਾਨ ਜੀ, ਕੀ ਤੁਹਾਡੇ ਕੋਲੇ ਕੋਈ ਮਾਲਪੱਤਾ ਪਹੁੰਚ ਗਿਆ ਵਿਜੇ ਸਿੰਗਲਾ ਵੱਲੋਂ, ਜਾਂ ਵਿਜੇ ਸਿੰਗਲਾ ਗਲਤ ਨਹੀਂ ਸੀ, ਜਾਂ ਰਾਜਨੀਤੀ ਦਾ ਸ਼ਿਕਾਰ ਹੋਇਆ? ਉਧਰ ਅਮਿਤ ਰਤਨ ਕੋਟ ਫੱਤਾ, ਉਹਦੇ ਤੇ ਵੀ ਬਹੁਤ ਵੱਡੇ ਇਲਜ਼ਾਮ ਸੀ, ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਦੀ ਜਿਹੜੀ ਮਨਜ਼ੂਰੀ ਕਿਉਂ ਨਹੀਂ? ਤਾਂ ਆਪਣੇ ਤੇ ਦੂਜਿਆਂ ਦੇ ਵਿੱਚ ਫਰਕ ਹੈ, ਜ਼ੀਰੋ ਟੋਲਰੈਂਸ ਦੂਜਿਆਂ ਵਾਸਤੇ ਹੀ ਹੈ ਸਿਰਫ, ਬਹੁਤ ਵੱਡਾ ਉੱਠ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ। ਸੁਖਵਿੰਦਰ ਜੀ, ਇਹ ਕੋਈ ਪਹਿਲਾ ਮੁੱਦਾ ਨਹੀਂ ਹੈਗਾ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਵੱਖ ਵੱਖ ਮੁੱਦਿਆਂ ਤੇ ਜਦੋਂ ਉਹਨਾਂ ਦੀ ਪਾਰਟੀ ਤੇ ਵਿਧਾਇਕਾਂ ਜਾਂ ਮੰਤਰੀਆਂ ਦੇ ਸੰਬੰਧੀ ਕੋਈ ਗੱਲਾਂ ਉੱਠਦੀਆਂ ਨੇ, ਪੁਆਇੰਟ ਉੱਠਦੇ ਨੇ ਜਾਂ ਨੁਕਤਾਚੀਨੀ ਹੁੰਦੀ ਹੈ, ਚਾਹੇ ਉਹ ਫੌਜਾ ਸਿੰਘ ਸਰਾਰੀ ਹੋਵੇ, ਚਾਹੇ ਲਾਲਚੰਦ ਕਟਾਰੂ ਚੱਕ ਹੋਵੇ, ਚਾਹੇ ਬਲਕਾਰ ਸਿੰਘ ਹੋਣੀ ਹੋਣ, ਬਹੁਤ ਇਹੋ ਜਿਹੇ ਮੁੱਦੇ ਉੱਠੇ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਬਿਆਨ ਜਿਹੜਾ ਉਹ ਨਹੀਂ ਦਿੱਤਾ, ਕਦੇ ਵੀ ਆਪਣੀ ਜ਼ਬਾਨ ਜਿਹੜੀ ਆ ਤੱਕ ਨਹੀਂ ਖੋਲੀ। ਈਵਨ ਕਿ ਉਸ ਸਮੇਂ ਦੇ ਗਵਰਨਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਣਾ ਵੱਲੋਂ ਵੀ ਸਾਰਿਆਂ ਮਸਲਿਆਂ 'ਚ ਦਖਲ ਅੰਦਾਜ਼ੀ ਕੀਤੀ ਜਾਂਦੀ ਰਹੀ, ਪਰ ਮੁੱਖ ਮੰਤਰੀ ਸਾਹਿਬ ਦਾ ਆਪਣੇ ਇਹਨਾਂ ਜਿਹੜੇ ਰਤਨ ਸੀ, ਮੈਂ ਰਤਨ ਹੀ ਕਹੂੰਗਾ, ਜਿਹੜੇ ਇਹਨਾਂ ਦੇ ਰਤਨ ਸੀ, ਨਗੀਨੇ ਸੀ, ਉਹਨਾਂ ਨੂੰ ਹਮੇਸ਼ਾ ਬਚਾਉਂਦੇ ਰਹੇ ਤੇ ਉਹਨਾਂ ਤੇ ਕਦੇ ਵੀ ਕੋਈ ਗੱਲ ਜਿਹੜੀ ਆ ਨਹੀਂ ਕੀਤੀ। ਖੈਰ, ਉਹ ਅਲੱਗ ਤਰ੍ਹਾਂ ਦਾ ਇਸ਼ੂ ਆ। ਹੁਣ ਇਹ ਜਿਹੜੇ ਦੋ ਚੀਜ਼ਾਂ ਕੀਤੀਆਂ ਨੇ, ਸਾਬਕਾ ਮੰਤਰੀ ਮਾਨਸਾ ਤੋਂ ਜਿਹੜੇ ਵਿਜੇ ਸਿੰਗਲਾ ਤੇ ਦੂਜੇ ਬੰਨੇ ਅਮਿਤ ਰਤਨ ਕੋਟ ਫੱਤਾ, ਇਹ ਉਹ ਦੋ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ ਸ਼ਰੇਆਮ ਇਲਜ਼ਾਮ ਲੱਗੇ ਔਰ ਰੰਗੇ ਹੱਥੀ ਫੜੇ ਗਏ। ਔਰ ਵਿਜੇ ਸਿੰਗਲਾ ਨੂੰ ਤਾਂ ਖੁਦ ਮੁੱਖ ਮੰਤਰੀ ਸਾਹਿਬ ਨੇ ਆਪ ਨੰਗਿਆ ਕੀਤਾ ਔਰ ਕਿਹਾ ਕਿ ਮੈਂ ਆਪਣੀ ਸਰਕਾਰ 'ਚ ਅਜਿਹਾ ਕੋਈ ਵੀ ਭ੍ਰਿਸ਼ਟਾਚਾਰ ਵਾਲਾ ਬੰਦਾ ਰਹਿਣ ਨਹੀਂ ਦੇਣਾ। ਦੂਸਰੇ ਪਾਸੇ ਅਮਨ ਰਤਨ ਜਿਹੜਾ ਕੋਟ ਫੱਤਾ ਸੀ, ਕਿੰਨਾ ਰੌਲਾ ਪਿਆ, ਸਾਰਾ ਕੁਝ ਹੋਇਆ, ਜਿਸ ਤਰੀਕੇ ਨਾਲ ਉਹਨੇ ਰਿਸ਼ਵਤ ਲਈ, ਹਾਲਾਂਕਿ ਉਹ ਮੰਨਿਆ ਨਹੀਂ, ਪਰ ਫਿਰ ਵੀ ਸਾਰਾ ਕੁਝ ਉਹਦਾ ਚਿਹਰਾ ਜਿਹੜਾ ਉਹ ਸਭ ਨੇ ਆ ਗਿਆ।
ਇਹ ਦੋ ਉਹ ਵਿਅਕਤੀ ਨੇ ਜਿਨ੍ਹਾਂ ਦੇ ਨਾਲ ਸਰਕਾਰ ਦੀ ਜਿਹੜੀ ਬਦਨਾਮੀ ਹੋਈ, ਪਰ ਸਰਕਾਰ ਨੇ ਕਦੇ ਵੀ ਇਹਨਾਂ ਵਿਅਕਤੀਆਂ ਦੇ ਸੰਬੰਧ ਵਿੱਚ, ਹਾਲਾਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੇਰੇ ਕੋਲ ਜਿਹੜਾ ਵਿਜੇ ਸਿੰਗਲਾ ਆ ਉਹਦੀ ਸੀਡੀ ਪਈ ਹੈ, ਪਰ ਅੱਜ ਤੱਕ ਉਹ ਸੀਡੀ ਕਦੇ ਵੀ ਉਹਨਾਂ ਨੇ ਨਸ਼ਰ ਜਿਹੜੀ ਆ ਉਹ ਨਹੀਂ ਕੀਤੀ। ਈਵਨ ਕਿ ਚਰਨਜੀਤ ਸਿੰਘ ਚੰਨੀ ਦੀ ਤੇ ਫੋਟੋਆਂ ਜਿਹੜੀਆਂ ਸੀ ਜਦੋਂ ਉਹ ਪੁਰਾਣੇ ਜਦੋਂ ਖਿਡਾਰੀਆਂ ਵਾਲੀ ਗੱਲ, ਉਦੋਂ ਤਾਂ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਚਰਨਜੀਤ ਸਿੰਘ ਚੰਨੀ ਦੇ ਸੰਬੰਧ ਵਿੱਚ, ਪਰ ਆਪਣੇ ਕੋਲ ਜਿਸ ਸੀਡੀ ਦਾ ਉਹ ਦਾਅਵਾ ਕਰਦੇ ਕਿ ਆਪਣੇ ਹੀ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਦਾ, ਕਦੇ ਵੀ ਉਹਨਾਂ ਨੇ ਉਹ ਕੁਝ ਨਹੀਂ ਕੀਤਾ। ਤਾਂ ਇੱਥੋਂ ਤਾਂ ਇਹ ਸਾਫ ਜਿਹੜਾ ਕਲੀਅਰ ਹੋ ਜਾਂਦਾ ਕਿ ਜਿਹੜੀ ਜ਼ੀਰੋ ਟਾਲਰੈਂਸ ਕਰਪਸ਼ਨ ਦੇ ਖਿਲਾਫ ਪਾਲਿਸੀ ਹੈ ਉਹ ਕੇਵਲ ਤੇ ਕੇਵਲ ਵਿਰੋਧੀ ਧਿਰ ਦੇ ਮੰਤਰੀਆਂ, ਵਿਰੋਧੀ ਧਿਰ ਦੇ ਆਗੂਆਂ ਵਾਸਤੇ ਹੀ ਆ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਣੀ ਹੋਣ, ਚਾਹੇ ਉਹ ਕੋਈ ਵੀ ਵਿਅਕਤੀ ਹੋਵੇ, ਬਦਲਾ ਰਾਓ ਰਾਜਨੀਤੀ ਜਿਹੜੀ ਆ ਉਹ ਵਿਰੋਧੀ ਧਿਰ ਦੇ ਆਗੂਆਂ ਵਾਸਤੇ ਆ। ਸੁਖਪਾਲ ਸਿੰਘ ਖਹਿਰੇ ਉੱਤੇ ਕਰਪਸ਼ਨ ਦਾ ਕੋਈ ਦਾਗ ਨਹੀਂ ਆ, ਪਰ ਬਦਲਾਖੋਰੀ ਦੀ ਨੀਤੀ ਦੇ ਤਹਿਤ ਜਿਸ ਤਰੀਕੇ ਨਾਲ ਕੀਤਾ ਉਹ ਸਾਰਿਆਂ ਲੋਕਾਂ ਨੂੰ ਪਤਾ। ਹੁਣ ਜਿਸ ਦਿਨ ਕੈਬਨਿਟ ਦੀ ਮੀਟਿੰਗ ਹੁੰਦੀ ਆ, ਕਾਂਗਰਸ ਦੇ ਸਾਬਕਾ ਚਾਰ ਮੰਤਰੀਆਂ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਜਿਹੜੀ ਆਗਿਆ ਜਿਹੜੀ ਦੇ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ, ਆਸ਼ੂ, ਓਮ ਪ੍ਰਕਾਸ਼ ਸੋਨੀ, ਇੱਕ ਸ਼ਾਮ ਸੁੰਦਰ ਅਰੋੜਾ ਜਿਹੜਾ ਹੁਣ ਭਾਜਪਾ 'ਚ ਜਿਹੜੀ ਉਹ ਸ਼ਾਮਲ ਹੋ ਚੁੱਕੇ ਆ। ਹਾਲਾਂਕਿ ਇਸ ਪ੍ਰਕਿਰਿਆ ਦੀ ਅਜੇ ਰਿਪੋਰਟ ਜਿਹੜੀ ਹੈ ਗੁਰਦਰ ਸਾਹਿਬ ਕੋਲ ਜਾਣੀ ਹੈ, ਅੱਗੋਂ ਗੁਰਦਰ ਸਾਹਿਬ ਨੇ ਵੇਖਣਾ ਕਿ ਇਹਨਾਂ ਨੂੰ ਪ੍ਰਵਾਨਗੀ, ਜਿਹੜੀ ਕੈਬਨਿਟ ਦਾ ਫੈਸਲਾ ਜਿਹੜਾ ਹੋਇਆ ਉਸਦੇ ਉੱਤੇ ਪ੍ਰਵਾਨਗੀ ਦੇਣੀ ਹੈ ਜਾਂ ਨਹੀਂ ਦੇਣੀ, ਕਿਉਂਕਿ ਉੱਥੇ ਹੁਣ ਪੇਚ ਇੱਥੇ ਫਸਦਾ ਕਿ ਜਿਹੜੇ ਸ਼ਾਮ ਸੁੰਦਰ ਅਰੋੜੇ ਹੋਣੀ ਨੇ ਉਹ ਇਸ ਵੇਲੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਆ ਤੇ ਭਾਜਪਾ ਦੇ ਸੀਨੀਅਰ ਨੇਤਾ ਬਣ ਚੁੱਕੇ ਆ। ਤੇ ਫਿਰ ਅਜਿਹੀ ਸਥਿਤੀ ਵਿੱਚ ਰਾਜਪਾਲ ਸਾਹਿਬ ਵਾਸਤੇ ਵੀ ਔਖਾ ਹੋ ਜਾਣਾ ਕਿ ਉਹ ਕਿਸ ਤਰੀਕੇ ਨਾਲ ਪ੍ਰਵਾਨਗੀ ਦਿੰਦੇ ਜਾਂ ਨਹੀਂ ਦਿੰਦੇ। ਪਰ ਪ੍ਰਸ਼ਨ ਜਿਹੜਾ ਤੁਹਾਡਾ ਇੱਥੇ ਸੀ ਉਹ ਉਹਨਾਂ ਦੋ ਵਿਅਕਤੀਆਂ ਦਾ ਆ ਜਿਹੜਾ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਆ। ਹੁਣ ਵਾਕਿਆ ਹੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2.5 ਸਾਲ ਹੋਲੇ ਚੱਲਿਆ ਪੰਜਾਬ 'ਚ ਬਣੀ ਤੇ ਹਰ ਥਾਂ ਤੇ ਭਗਵੰਤ ਮਾਨ ਹੋਣੀ ਇਹ ਦਾਅਵਾ ਕਰਦੇ ਆ ਕਿ ਕਰਪਸ਼ਨ ਜਿਹੜੀ ਆ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਹੋਊਗੀ, ਕਰਪਸ਼ਨ ਕਿਸੇ ਸੂਰਤ 'ਚ ਬਰਦਾਸ਼ਤ ਨਹੀਂ ਹੋਊਗੀ। ਚੰਗਾ ਹੁੰਦਾ ਕਿ ਜੇਕਰ ਆਪਣੇ ਇਹਨਾਂ ਦੋ ਮੰਤਰੀਆਂ ਦੇ ਖਿਲਾਫ ਵੀ ਇਹੋ ਜਿਹੀ ਅਦਾਲਤੀ ਕਾਰਵਾਈ ਕਰਨ ਦੇ ਹੁਕਮ ਦੇ ਦਿੰਦੇ, ਪਰ ਸ਼ਾਇਦ ਇਹ ਉਹਨਾਂ ਦਾ ਦੋਗਲਾਪਣ ਹੀ ਆ ਜਾਂ ਉਹਨਾਂ ਦੀ ਉਸ ਸਮੇਂ ਦੀਆਂ ਰਾਜਨੀਤਿਕ ਚਾਲਾਂ ਸਨ ਜਿਹਨੂੰ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਹੁੰਦਾ ਸੀ ਕਿ ਵੇਖਿਓ ਚੋਣਾਂ ਦੇ ਲਾਗੇ ਆਣ ਕੇ ਇਹਨਾਂ ਨੇ ਇੱਕ ਅੱਧਾ ਬੰਦਾ ਆਪਣਾ ਸ਼ੋਅ ਕਰ ਦੇਣਾ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰ ਸਕਣ ਕਿ ਵੇਖੋ ਜੀ ਅਸੀਂ ਇਹ ਕੀਤਾ। ਤਾਂ ਸਿੱਧੂ ਸਾਹਿਬ ਪ੍ਰਕਾਰ ਆਪਣੇ ਪ੍ਰਤਾਪ ਸਿੰਘ ਬਾਜਵਾ ਦੀ ਇਹ ਗੱਲ ਪੂਰੇ ਤੌਰ ਤੇ ਹੁਣ ਸੱਚ ਹੁੰਦੀ ਜਾਪਦੀ ਆ। ਕੇਵਲ ਤੇ ਕੇਵਲ ਇੱਕ ਮਹਿਜ ਡਰਾਮਾ ਸੀ ਉਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ, ਖਾਸ ਤੌਰ ਤੇ ਭਗਵੰਤ ਮਾਨ ਹੋਣਾ ਵੱਲੋਂ ਕੀਤਾ ਗਿਆ, ਤਾਂ ਜੋ ਲੋਕਾਂ ਦੇ ਵਿੱਚ ਸਰਕਾਰ ਦੀ ਜਾਂ ਆਪਣੀ ਉਹ ਇਮੇਜ ਬਣਾ ਸਕਣ ਕਿ ਹਾਂ ਵੀ ਦੇਖੋ ਅਸੀਂ ਕਰਪਸ਼ਨ ਦੇ ਖਿਲਾਫ ਆਪਣੇ ਅਧਿਕਾਰੀਆਂ, ਆਪਣੇ ਮੰਤਰੀਆਂ, ਆਪਣੇ ਵਿਧਾਇਕਾਂ ਨੂੰ ਵੀ ਨਹੀਂ ਜੇ ਬਖਸ਼ਿਆ। ਪਰ ਇਹ ਮਹਿਜ਼ ਕੇਵਲ ਇੱਕ ਡਰਾਮਾ ਆਖਿਆ ਜਾ ਸਕਦਾ, ਇਸ ਤੋਂ ਵੱਡਾ ਹੋਰ ਕੋਈ ਨਹੀਂ। ਦੋਗਲਾਪਨ ਤਾਂ ਸਿੱਧੂ ਸਾਹਿਬ ਹੈ ਹੀ ਹੈ, ਜਿਸ ਤਰੀਕੇ ਦੇ ਮੈਂ ਮੁੱਦੇ ਗਣਾਤੇ ਆ, ਇੰਨਾ ਰੌਲਾ ਵਿਰੋਧੀ ਧਿਰ ਦੇ ਪਾਇਆ ਲਾਲ ਚੰਗ ਕਟਾਰੂ ਚੱਕ ਦੇ ਸੰਬੰਧ ਵਿੱਚ, ਕਿਸੇ ਦੀ ਕਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਆਈ। ਬੀਬੀ ਸਰਬਜੀਤ ਕੌਰ ਮਾਨੂਕੇ ਦਾ ਕਿੰਨਾ ਰੌਲਾ ਪਿਆ ਉਹਦੇ ਸੰਬੰਧ ਵਿੱਚ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਕਦੀ ਕੋਈ ਬਿਆਨ ਜਿਹੜਾ, ਬਲਕਾਰ ਸਿੰਘ ਦਾ ਤਾਜ਼ਾ ਤਾਜ਼ਾ ਮਸਲਾ ਸਾਹਮਣੇ ਆਇਆ, ਉਹਨਾਂ ਤੇ ਕਾਰਵਾਈ ਤਾਂ ਕੀ ਕਰਨੀ ਆ। ਬਲਕਾਰ ਸਿੰਘ ਜਿਹੜੇ ਮੰਤਰੀ ਨੇ ਇਹਨਾਂ ਦੇ ਸਥਾਨਕ ਸਰਕਾਰਾਂ ਦੇ, ਉਹਨਾਂ ਦੀ ਅਸ਼ਲੀਲ ਵੀਡੀਓ ਬਾਹਰ ਆ ਗਈ ਔਰ ਇਸ ਵਾਲੇ ਪਾਸੇ ਆ ਗਈ ਕਿ ਕਿਸੇ ਬੀਬੀ ਨੂੰ ਨੌਕਰੀ ਦਾ ਲਾਲਚ ਦੇ ਕੇ ਉਹਨਾਂ ਦੇ ਨਾਲ ਉਹ ਕੰਮ ਜਿਹੜਾ ਉਹ ਕਰ ਰਹੇ ਸੀਗੇ, ਔਰ ਉਸ ਮੰਤਰੀ ਦੇ ਉੱਪਰ ਕਾਰਵਾਈ ਤਾਂ ਕੀ ਕਰਨੀ ਆ। ਉਹਨੂੰ ਉਹਦੇ ਹੱਥੋਂ ਹੁਣ ਜੁਆਇਨਿੰਗ ਲੈਟਰਾਂ ਦੇ ਦਵਾ ਰਹੇ ਆ ਮੁਲਾਜ਼ਮਾਂ ਨੂੰ, ਧਰਨਾ ਉਹ ਲੋਕ ਜਿਹਨਾਂ ਨੇ ਉਹਦੇ ਹੱਥੋਂ ਜੁਆਇਨਿੰਗ ਲੈਟਰਾਂ ਲੈ ਕੇ ਜਿਹੜੀਆਂ ਉਹਨਾਂ ਨੇ ਨੌਕਰੀਆਂ ਕਰਨੀਆਂ ਨੇ, ਪਤਾ ਨੀ ਕਿੱਧਰਲੇ ਪਾਸੇ ਨੂੰ ਜਾਣੀ ਆ ਦੁਨੀਆ। ਪਰ ਗੱਲ ਇਹ ਆ ਵੀ ਤੁਸੀਂ ਉਹਦੇ ਤੇ ਕਾਰਵਾਈ ਤਾਂ ਕੀ ਕਰਨੀ ਆ, ਤੁਸੀਂ ਉਹਨੂੰ ਉਲਟਾ ਜਿਹੜਾ ਉਹਨੂੰ ਕਹਿ ਰਹੇ ਆ ਕਿ ਤੂੰ ਲੈਟਰ ਜੁਆਇਨਿੰਗ ਲੈਟਰ ਤੇ ਫਲਾਨਾ ਕਰ, ਮਤਲਬ ਲਾਹਣਤ ਇਹੋ ਜਿਹੇ ਮੰਤਰੀ ਤੇ ਔਰ ਇਹੋ ਜਿਹੇ ਮੁੱਖ ਮੰਤਰੀ ਤੇ। ਸਿੱਧੂ ਸਾਹਿਬ ਮੈਂ ਤਾਂ ਇਹ ਗੱਲ ਇੱਥੋਂ ਤੱਕ ਕਹਿਣਾ ਹੁੰਦਾ ਕਿ ਜਦੋਂ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਜਾਂਦਾ ਉਹਦੇ ਵਾਸਤੇ ਨੈਤਿਕਤਾ
ਦੂਸਰੀਆਂ ਕਦਰਾਂ ਕੀਮਤਾਂ ਅਖਲਾਕ ਆਚਰਣ ਇਹ ਸਭ ਸ਼ਬਦੀ ਮਤਲਬ ਡਿਕਸ਼ਨਰੀ ਦੇ ਸ਼ਬਦ ਹੁੰਦੇ ਆ ਜਿਹਨਾਂ ਦਾ ਅਮਲੀ ਜੀਵਨ ਦੇ ਵਿੱਚ ਜਿਹਨਾਂ ਦਾ ਕੋਈ ਵੀ ਸਟੇਟਸ ਜਿਹੜਾ ਆਧਾਰ ਨਹੀਂ ਹੁੰਦਾ। ਚਾਹੇ ਉਹ ਕੈਪਟਨ ਤੁਸੀਂ ਅਮਰਿੰਦਰ ਸਿੰਘ ਦੇਖ ਲਓ, ਚਾਹੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਹੋਣੀ ਵੇਖ ਲਓ, ਤੇ ਚਾਹੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨੀ ਦੇਖ ਲਓ, ਜਦੋਂ ਇਹਨਾਂ ਦੇ ਆਪਣੇ ਮੰਤਰੀਆਂ ਤੇ ਆਪਣੇ ਵਿਧਾਇਕਾਂ ਤੇ ਅਜਿਹੀਆਂ ਉਂਗਲਾਂ ਉੱਠਣਗੇ ਉਸ ਵੇਲੇ ਬਿਲਕੁਲ ਚੁੱਪ ਕਰ ਜਾਂਦੇ ਆ। ਤੁਹਾਨੂੰ ਯਾਦ ਹੋਣਾ ਕਿ ਸਾਧੂ ਸਿੰਘ ਧਰਮਸੋਤ ਕਿੰਨੇ ਕੇਸ 'ਚ ਫਸਿਆ ਰਿਹਾ, ਕੈਪਟਨ ਅਮਰਿੰਦਰ ਸਿੰਘ ਦੀ ਚਿੱਟ ਜਿਹੜੀ ਹੁੰਦੀ ਸੀ ਕਲੀਨ ਚਿੱਟ ਉਹਦੀ ਜੇਬ 'ਚ ਹੁੰਦੀ ਸੀ, ਕੱਟ ਫੜਾ ਦਿੱਤੀ ਜਾਂਦੀ ਹੁੰਦੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਕੁਝ ਵਿਵਾਦਾਂ 'ਚ ਫਸੇ ਤਾਂ ਉਸ ਵਕਤ ਵੀ ਕੈਪਟਨ ਅਮਰਿੰਦਰ ਸਿੰਘ ਨੇ ਚੱਟ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਉਹ ਦੇ ਕੇ ਕੱਢ ਕੇ ਦੇ ਦਿੱਤੀ ਕਿ ਹਾਂ ਭਾਈ ਸਭ ਕੁਝ ਸਾਫ਼ ਆ, ਤੇ ਜਦੋਂ ਵਿਗੜ ਗਈ ਤਾਂ ਫਿਰ ਉਹੀ ਚੰਨੀ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਦੀਆਂ ਅੱਖਾਂ ਦੇ ਵਿੱਚ ਰਟਕਣ ਲੱਗ ਪਿਆ। ਸਿੱਧੂ ਸਾਹਿਬ ਇਹ ਮੁੱਖ ਮੰਤਰੀਆਂ ਦਾ ਹਾਲ ਹੀ ਹਾਲ ਆ, ਉੱਥੇ ਹੁਣ ਬਲਕਾਰ ਸਿੰਘ ਹੋਵੇ, ਲਾਲ ਚੰਦ ਕਟਾਰੂ ਚੱਕ ਹੋਵੇ, ਫੌਜਾ ਸਿੰਘ ਸਰਾਰੀ ਹੋਵੇ, ਵਿਜੇ ਸਿੰਗਲਾ ਹੋਵੇ, ਕਿੰਨੇ ਨਾਮ ਮੈਂ ਲੈ ਲਾਂ, ਸਾਰਿਆਂ ਦਾ ਹਾਲ ਸਿੱਧੂ ਸਾਹਿਬ ਮੇਹਰ ਦੀ ਦ੍ਰਿਸ਼ਟੀ ਜਿਹੜੀ ਆ ਮੁੱਖ ਮੰਤਰੀ ਨੂੰ ਰੱਖਣੀ ਪੈਂਦੀ ਆ। ਕਿਉਂਕਿ ਕੱਲ੍ਹ ਦੇ ਪ੍ਰੋਗਰਾਮ ਆਪਾਂ ਗੱਲ ਕੀਤੀ ਕਿ ਵਿਧਾਇਕਾਂ ਨੂੰ ਜਿਸ ਤਰੀਕੇ ਨਾਲ ਹੁਣ ਭਗਵੰਤ ਮਾਨ ਹੋਣੀ ਖੁਸ਼ ਰੱਖ ਰਹੇ ਆ, ਤੇ ਸਿਰਫ ਇਸ ਕਰਕੇ ਕਿ ਹਾਂ ਭਾਈ ਕਿਤੇ ਮੈਨੂੰ ਖੋਰਾ ਨਾ ਲੱਗ ਜਾਵੇ ਜਾਂ ਮੇਰੇ ਵਾਸਤੇ ਸਥਿਤੀਆਂ ਕੋਈ ਖਰਾਬ ਨਾ ਹੋ ਜਾਣ, ਤਾਂ ਫਿਰ ਉਹ ਸਭ ਸੰਦਰਭ ਦੇ ਵਿੱਚ ਉਹ ਸਾਰੇ ਕੰਟੈਂਟ ਦੇ ਵਿੱਚ ਇਸ ਗੱਲ ਦੀ ਆਸ ਕਰਨ ਦੀ ਮੂਰਤਤਾ ਆ, ਖਾਸ ਤੌਰ ਤੇ ਭਗਵੰਤ ਮਾਨ ਹੋਣਾ ਪਾਸੋਂ, ਕਿ ਉਹ ਅਜਿਹੀ ਕੋਈ ਕਾਰਵਾਈ ਆਪਣੇ ਵਿਧਾਇਕਾਂ ਜਾਂ ਸਾਬਕਾ ਮੰਤਰੀ ਦੇ ਖਿਲਾਫ਼ ਕੋਈ ਕਾਰਵਾਈ ਕਰਦੇ ਦੇਣਗੇ ਕਿ ਜਦੋਂ ਉਹਨਾਂ ਨੂੰ ਪਤਾ ਕਿ ਇਹੋ ਵਿਧਾਇਕ ਉਹਨਾਂ ਦੀ ਰੀੜ ਦੀ ਹੱਡੀ ਬਣਨੇ, ਕਿਤੇ ਔਖੀ ਸੌਖੀ ਜੇ ਭਾਰ ਪੈ ਗਿਆ ਤੇ ਮੇਰੇ ਨਾਲ ਖਲੋਣਗੇ ਤਾਂ ਸਹੀ, ਮਜਬੂਰੀ ਹੋ ਸਕਦੀ ਹੈ ਸਿੱਧੂ ਸਾਹਿਬ, ਕਿਉਂਕਿ ਮੁੱਖ ਮੰਤਰੀ ਦੇ ਵੀ ਰੀੜ ਦੀ ਹੱਡੀ ਤਾਂ ਬਾਅਦ ਚ ਬਣ ਗਏ, ਪਹਿਲਾਂ ਜਿਹੜੇ ਗਲੇ ਦੀ ਹੱਡੀ ਬਣੀ ਹੋਈ ਆ ਪਹਿਲਾਂ ਉਹ ਤਾਂ ਕੱਢ ਲੈਣ। ਬਿਲਕੁਲ ਸਹੀ ਗੱਲ ਆ, ਗਲੇ ਦੀ ਹੱਡੀ ਤਾਂ ਸਿੱਧੂ ਸਾਹਿਬ ਫਿਰ ਹੈ ਹੀ ਹੈ, ਪਰ ਉਹ ਰੀੜ ਦੀ ਹੱਡੀ ਨੂੰ ਜ਼ਿਆਦਾ ਪਹਿਲ ਦੇ ਦਿੰਦੇ, ਹਾਂ ਵੀ ਜਦੋਂ ਔਖੀ ਸੌਖੀ ਹੋ ਗਈ ਤਾਂ ਸ਼ਾਇਦ ਇਹਨਾਂ ਬੰਦਿਆਂ ਦੇ ਸਿਰ 'ਤੇ ਮੇਰੀ ਕੁਰਸੀ ਖਲੋਣੀ ਆ। ਸਿੱਧੂ ਸਾਹਿਬ ਲੋਕ ਬਹੁਤ ਸਿਆਣੇ ਹੁੰਦੇ ਆ, ਲੋਕ ਸਭ ਕੁਝ ਵੇਖ ਰਹੇ ਹੁੰਦੇ ਆ, ਲੋਕ ਵੀ ਮਹਿਸੂਸ ਕਰ ਰਹੇ ਹੁੰਦੇ ਆ, ਸੋ ਇਹ ਤੱਕ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਨਾਲ ਆਪਣੇ ਬੰਦਿਆਂ ਨੂੰ ਬਚਾਇਆ ਜਾ ਰਿਹਾ। ਤੇ ਦੂਸਰੀ ਗੱਲ, ਤੁਹਾਡੇ ਵਿਧਾਇਕ ਜਿਹੜੇ ਵੱਖ ਵੱਖ ਮੁੱਦਿਆਂ ਦੇ ਤੁਹਾਨੂੰ ਘੇਰਦੇ ਆ, ਚਾਹੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਹੋਣ ਤੇ ਚਾਹੇ ਉਹ ਦੇਵ ਮਾਨ ਹੋਣੀ ਹੋਣ ਚਾਹੇ ਕੋਈ ਹੋਰ ਹੋਵੇ, ਉਹਨਾਂ ਨੂੰ ਤੁਸੀਂ ਇੱਥੋਂ ਤੱਕ ਘਰ ਬੈਠਣ ਵਾਸਤੇ ਮਜਬੂਰ ਕਰ ਦਿੰਦੇ, ਜੇ ਉਹ ਚਾਹੁੰਦੇ ਹੋਇਆਂ ਵੀ ਲੋਕਾਂ ਦੀ ਗੱਲ ਨਹੀਂ ਕਰ ਸਕਦੇ। ਸਿੱਧੂ ਸਾਹਿਬ ਇਹ ਵਰਤਾਰਾ ਤਾਂ ਇਹ ਸਰਕਾਰ ਦੇ ਵਿੱਚ ਵੇਖਣ ਨੂੰ ਮਿਲਦਾ ਹੀ ਪਿਆ, ਅੱਗੇ ਵੇਖੋ ਹੋਰ ਕੁਝ ਕੀ ਵੇਖਣ ਨੂੰ ਮਿਲ ਸਕਦਾ ਹੈਗਾ ਜੀ। ਚਲੋ ਉੱਧਰ ਦੋਗਲੀਆਂ ਗੱਲਾਂ ਦੀ ਆਪਾਂ ਭਗਵੰਤ ਮਾਨ ਉਹਨਾਂ ਦੀ ਗੱਲਾਂ ਕਰਦੇ ਸੀ, ਔਰ ਇੱਥੇ ਹੀ ਖਤਮ ਨਹੀਂ ਹੁੰਦਾ ਦੋਗਲੀਆਂ ਗੱਲਾਂ ਦਾ ਸਿਲਸਿਲਾ, ਦੋਗਲੀਆਂ ਗੱਲਾਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਜਾ ਰਿਹਾ, ਔਰ ਬਹੁਤ ਵੱਡੀ ਗਿਣਤੀ ਹੈ ਇਹਨਾਂ ਚੀਜ਼ਾਂ ਦੀ, ਗਣਾਉਣ ਲੱਗੀਏ ਤਾਂ ਥੱਕ ਜਾਵਾਂਗੇ, ਚਾਹੇ ਉਹ ਸਿਕਿਉਰਿਟੀ ਦੇ ਮਸਲੇ ਤੋਂ ਲੈ ਕੇ ਹੋਵੇ, ਚਾਹੇ ਉਹ ਜਹਾਜ਼ਾਂ ਦੇ ਮਸਲੇ ਤੋਂ ਆਇਆ ਹੋਵੇ, ਚਾਹੇ ਉਹ ਐਡਵਰਟਾਈਜ਼ਮੈਂਟ ਦੇ ਮਸਲੇ ਤੋਂ ਹੋਵੇ, ਚਾਹੇ ਉਹ ਕਿਸੇ ਵੀ ਮੁੱਦੇ ਤੇ ਹੋਵੇ, ਪਰ ਹੁਣ ਇੱਕ ਹੋਰ ਕੁਝ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਜਿਹੜਾ ਸੈਸ਼ਨ ਇਹਨਾਂ ਨੇ ਸੱਦਿਆ 2, 3 ਤੇ 4 ਸਤੰਬਰ ਦਾ, ਕਿਸੇ ਵੇਲੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਹੁੰਦੀ ਆਮ ਆਦਮੀ ਪਾਰਟੀ, ਉਦੋਂ ਕਹਿੰਦੀ ਹੁੰਦੀ ਸੀ ਕਿ ਸੈਸ਼ਨ ਜਿਹੜੇ ਉਹ ਲੰਬੇ ਹੋਣੇ ਚਾਹੀਦੇ ਆ, ਔਰ ਸੈਸ਼ਨ ਦੀਆਂ ਸਿੱਟੀਆਂ ਜਿਹੜੀਆਂ ਇੱਕ ਸਾਲ ਦੇ ਵਿੱਚ 40 ਹੋਣੀਆਂ ਚਾਹੀਦੀਆਂ ਨੇ, ਬੜਾ ਰੌਲਾ ਪਾਉਂਦੇ ਹੁੰਦੇ ਸੀ ਅਮਨ ਅਰੋੜਾ ਜੀ, ਬੜਾ ਸਪੀਕਰ ਕਰਤਾਰ ਸਿੰਘ ਸੰਧਵਾਂ ਰੌਲਾ ਪਾਉਂਦੇ ਸੀ, ਬੜਾ ਰੌਲਾ ਹਰਪਾਲ ਸਿੰਘ ਚੀਮਾ ਪਾਉਂਦੇ ਹੁੰਦੇ ਸੀ, ਹੁਣ ਆਪ ਜਿਹੜਾ ਉਹ ਸੈਸ਼ਨ ਸੱਦੇ ਇਹਨਾਂ ਨੇ 3 ਦਿਨ ਦਾ ਹੀ, ਕਹਿੰਦੇ ਕਿ ਪਿਛਲੇ 2 ਸਾਲਾਂ ਦੇ ਵਿੱਚ ਵੀ 40 ਸਿੱਟੀਆਂ ਸ਼ਾਇਦ ਮਸਾਂ ਹੀ ਕਰਵਾਈਆਂ ਸੀ ਇਹਨਾਂ ਨੇ, ਤੇ ਇਹ 1 ਸਾਲ ਦੇ ਵਿੱਚ 40 ਸਿੱਟੀਆਂ ਖੁਦ ਪਾਲਦੇ ਹੁੰਦੇ ਸੀ, ਤੇ ਕਹਿੰਦੇ ਰਿਕਾਰਡ ਹੀ ਪੈਦਾ ਕਰਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਛੋਟੇ ਸੈਸ਼ਨ ਸੱਦਣ ਦਾ 1 ਸਾਲ ਦੇ ਵਿੱਚ, ਹਾਲੇ ਦੂਜੇ ਤੱਕ ਵੀ ਸਿੱਟੀਆਂ ਜਿਹੜੀਆਂ ਸੱਦ ਰਹੀ ਦੇ ਸੀ, ਪਰ ਇਹਨਾਂ ਨੇ ਤਾਂ ਹੱਦ ਹੀ ਕਰਤੀ, ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਕੋਈ ਹੋਇਆ ਕਿ ਇੰਨੇ ਛੋਟੇ ਸੈਸ਼ਨ ਸੱਦਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀਆਂ, ਔਰ ਉਹ ਵੀ ਉਹ ਲੋਕ ਜਿਹੜੇ ਖੁਦ ਦੂਜੀਆਂ ਸਰਕਾਰਾਂ ਮੌਕੇ ਵੱਡੇ ਸੈਸ਼ਨ ਜਿਹੜੇ ਉਹ ਮੰਗਦੇ ਹੁੰਦੇ ਸੀ। ਹੁਣ ਅੜਕੀ ਸਾਹਿਬ ਰੌਲਾ ਪੈ ਗਿਆ, ਉਧਰੋਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਇਕੱਲਿਆਂ ਨੇ ਉਦੋਂ ਕਹਿਤਾ ਸੀ ਕਿ ਭਾਈ 3 ਦਿਨ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾ ਲਓ, ਜਿਹਦੇ ਉੱਤੇ ਬੀਐਸਪੀ ਦੇ ਮੁੱਦੇ ਤੇ, ਗੋਲੀ ਕਾਂਡ ਦੇ ਮੁੱਦੇ ਤੇ, ਐਮਐਸਪੀ ਦੇ ਮੁੱਦੇ ਤੇ,
ਔਰ ਅੰਮ੍ਰਿਤਸਰ ਦੇ ਕੁਝ ਅਹਿਮ ਮੁੱਦਿਆਂ ਤੇ ਕਹਿੰਦੇ ਸੀਗੇ ਕਿ ਭਾਈ ਅਹਿਮ ਗੱਲਾਂ ਬਾਤਾਂ ਹੋ ਜਾਣਗੀਆਂ, ਪਰ ਇਹਨਾਂ ਨੇ ਸੱਦਿਆ ਹੀ 3 ਦਿਨ ਦਾ। ਔਰ ਸਪੀਕਰ ਸਾਹਿਬ ਜਦੋਂ ਰੌਲਾ ਰੂਲਾ ਪਾਇਆ, ਪਹਿਲਾਂ ਆਪਾਂ ਪਾਇਆ, ਫਿਰ ਵਿਰੋਧੀ ਧਿਰਾਂ ਨੇ ਪਾਇਆ ਵੀ ਸੈਸ਼ਨ ਛੋਟਾ ਹੈ। ਹੁਣ ਉਹ ਕਹਿੰਦੇ ਜੀ ਨਹੀਂ ਜੀ, ਬਿਜ਼ਨਸ ਦੇ ਹਿਸਾਬ ਨਾਲ ਤਾਂ ਸੈਸ਼ਨ ਜਿਹੜਾ ਉਹ ਬੜਾ ਠੀਕ ਹੈ, ਅਸੀਂ ਕਹਿੰਦੇ ਭਰੋਸਾ ਦਿਵਾਉਂਦੇ ਹਾਂ ਸਾਰਿਆਂ ਨੂੰ ਪੂਰਨ ਦਾ ਮੌਕਾ ਦੇਣਗੇ। ਕੀ ਭਰੋਸਾ ਦਿਵਾਉਂਦੇ ਆ ਸਪੀਕਰ ਸਾਹਿਬ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਜਿਹੜਾ ਬੋਲਣ ਦਾ ਮੌਕਾ ਦਿੱਤਾ ਜਾਊਗਾ? ਛੋਟਾ ਸੈਸ਼ਨ ਜਿਹੜਾ ਇਹਨਾਂ ਨੇ ਸੱਦਿਆ, ਉਸ ਸੈਸ਼ਨ ਦੇ ਉੱਪਰ ਰੌਲਾ ਪਿਆ, ਆਪਾਂ ਪਾਇਆ ਪਹਿਲਾਂ, ਫਿਰ ਵਿਰੋਧੀ ਧਿਰਾਂ ਨੇ ਪਾਇਆ ਕਿ ਛੋਟਾ ਸੈਸ਼ਨ ਹੈ। ਸਪੀਕਰ ਕੁਲਤਾਰ ਸੰਧਵਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਭਰੋਸਾ ਦਿਵਾਉਣਾ ਕਿ ਭਾਈ ਸਾਰੇ ਵਿਧਾਇਕਾਂ ਨੂੰ ਇਹਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਊਗਾ ਤੇ ਬਿਜ਼ਨਸ ਦੇ ਹਿਸਾਬ ਨਾਲ ਇਹ ਸੈਸ਼ਨ ਠੀਕ ਹੈ। ਅਸੀਂ ਇਹ ਸਪੀਕਰ ਸੰਧਵਾ ਤੋਂ ਪੁੱਛਦੇ ਹਾਂ ਕਿ ਤੁਸੀਂ ਸਾਰੇ ਵਿਧਾਇਕਾਂ ਨੂੰ ਬੋਲਣ ਦਾ ਭਰੋਸਾ ਦਿੰਦੇ ਹੋ? ਕੀ ਤੁਸੀਂ ਭਰੋਸਾ ਦਿੰਦੇ ਹੋ ਕਿ ਜਿਹੜੇ ਬਾਅਦ ਜਿਹੜੀਆਂ ਗੱਲਾਂ ਦਾ ਇੱਕ ਲੈਟਰ, ਬੇਅਦਬੀ ਤੇ ਬੋਲਣ ਦਾ, ਗੋਲੀਕਾਂਡਾਂ ਤੇ ਬੋਲਣ ਦਾ, ਅੰਮ੍ਰਿਤਸਰ ਦੇ ਮੁੱਦਿਆਂ ਤੇ ਬੋਲਣ ਦਾ, MSP ਦੇ ਕਾਨੂੰਨ ਬਾਰੇ ਜਿਹੜਾ ਬੋਲਣ ਦਾ, ਇੱਕ ਬਹਿਸ ਰੱਖਣ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਤੁਹਾਨੂੰ ਲੈਟਰ ਦੇ ਕੇ ਗਏ ਸੀ ਕਿ ਉਹ ਮੌਕਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਦਿਓਗੇ? ਪਹਿਲਾਂ ਤਾਂ ਇਹ ਭਰੋਸਾ ਦੇ ਦੇਣਾ ਸਪੀਕਰ ਸਾਹਿਬ। ਕਿਵੇਂ ਦੇਖਦੇ ਵਣਕੀ ਸਾਹਿਬ, ਇੱਥੇ ਵੀ ਦੋਗਲੀਆਂ ਰਾਜਨੀਤੀਆਂ ਇਹਨਾਂ ਦੀ? ਸੁਖਵਿੰਦਰ ਜੀ, ਤੁਸੀਂ ਭਰੋਸੇ ਦੀ ਗੱਲ ਕਰ ਰਹੇ ਜੀ, ਕੁਲਤਾਰ ਸਿੰਘ ਸੰਧਵਾ ਤਾਂ ਭਰੋਸੇ ਦੀ ਗੱਲ ਕਰ ਰਹੇ ਜੀ ਕਿ ਹਾਂ ਜੀ ਉਹਨਾਂ ਨੇ ਭਰੋਸਾ ਦਿੱਤਾ। ਭਰੋਸਾ ਤਾਂ ਸਿੱਧੂ ਸਾਹਿਬ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਵੀ ਦਿੱਤਾ, ਇਹ ਤੁਹਾਨੂੰ ਯਾਦ ਹੋਣਾ ਕਿ ਹਾਂ ਵੀ ਜੇਕਰ ਅਜਿਹੀਆਂ ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਤਾਂ ਫਿਰ ਆਪਾਂ ਇਹਨਾਂ ਸਰਕਾਰਾਂ 'ਚ ਬੈਠ ਕੇ ਕੀ ਕਰਨਾ। ਭਰੋਸਾ ਦੇ ਉਦੋਂ ਵੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਤਾਬਿਆਂ 'ਚ ਬਹਿ ਕੇ ਆਪਣੇ ਕੁਲਤਾਰ ਸਿੰਘ ਸੰਧਵਾ ਹੋਣੀ 'ਤੇ ਆਏ ਸੀ। ਉਸ ਤੋਂ ਵੱਡਾ ਤਾਂ ਮੇਰਾ ਨਹੀਂ ਖਿਆਲ ਕੋਈ ਭਰੋਸਾ ਕੋਈ ਹੋਵੇ ਅਤੇ ਉਹ ਭਰੋਸੇ ਦਾ ਹਾਲ ਕੀ ਆ ਉਹ ਸਾਰਿਆਂ ਲੋਕਾਂ ਦੇ ਸਾਹਮਣੇ ਹੈਗਾ। ਇਹ ਗੱਲ ਜ਼ਰੂਰੀ ਕਰਨੀ ਪੈਂਦੀ ਹੈ ਕੁਲਤਾਰ ਸਿੰਘ ਸੰਧਵਾ ਦੇ ਸੰਦਰਭ 'ਚ। ਹੁਣ ਚਲੋ ਆਪਾਂ ਉਸ ਤੋਂ ਵੀ ਪਹਿਲਾਂ ਗੱਲ ਕੀਤੀ ਕਿ 3 ਦਿਨ ਦਾ ਕਹਿੰਦੇ ਆ, ਪਰ ਹੁੰਦਾ 1 ਦਿਨ ਦਾ ਹੀ ਆ ਕਿਉਂਕਿ ਅੱਧੇ ਕੁ ਦਿਨ ਦੁਪਹਿਰ ਨੂੰ ਸ਼ੁਰੂ ਹੋਣਾ, ਸ਼ਰਧਾਂਜਲੀਆਂ ਦੇ ਕੇ ਉਦਣ ਉੱਠ ਜਾਣਾ, 1 ਦਿਨ ਕਾਰਵਾਈ ਹੋਣੀ ਆ ਤੇ ਦੂਸਰੇ ਦਿਨ ਜਾਂ ਦੂਸਰੇ ਦਿਨ ਕਾਰਵਾਈ ਹੋਊਗੀ ਗੱਲਬਾਤ, ਤਾਂ ਉਦਣ ਇਹਨਾਂ ਦੇ ਆਪਣੇ ਵਿਧਾਇਕਾਂ ਨੇ ਬੋਲਣਾ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਆਣ ਕੇ ਆਪਣੇ ਸੁਭਾਅ ਦੇ ਮੁਤਾਬਕ ਗੱਜਦੇ ਹੁੰਦੇ ਆ, ਮਿਸਟਰ ਬਾਜਵਾ ਮੇਰੀ ਅੱਖਾਂ 'ਚ ਵੀ ਇੱਦਾਂ ਦੀਆਂ ਗੱਲਾਂ ਬਾਤਾਂ, ਤੇ ਜਦੋਂ ਬਾਕੀਆਂ ਨੇ ਬੋਲਣ ਲੱਗਣਾ ਤਾਂ ਉਦੋਂ ਸਪੀਕਰ ਸਾਹਿਬ ਨੇ ਕਹਿਣਾ ਨਹੀਂ ਨਹੀਂ ਟਾਈਮ ਦੇਖੋ, ਚਾਹੇ ਉਹ ਕੰਵਰ ਵਿਜੇ ਪ੍ਰਤਾਪ ਹੋਣੀ ਹੋਣ ਤੇ ਚਾਹੇ ਵਿਰੋਧੀ ਪਾਰਟੀਆਂ ਦੇ ਨੇਤਾ ਹੋਣ, ਮਾਫ਼ ਕਰਦਾ ਵਿਧਾਇਕ ਹੋਣ, ਉੱਥੇ ਤਾਂ ਫਿਰ ਸਪੀਕਰ ਸਾਹਿਬ ਦੀ ਹੁਕਮ ਜਿਹੜਾ ਚੱਲਦਾ। ਤੇ ਜਿਹੜਾ ਤੀਸਰਾ ਦਿਨ ਹੁੰਦਾ ਉਹ ਨਾਮ ਦਾ ਤੀਜਾ ਦਿਨ ਹੁੰਦਾ, ਉਦੋਂ ਕੰਮ ਜਿਹੜਾ ਖਤਮ ਹੋ ਗਿਆ ਹੁੰਦਾ। ਬਾਕੀ ਰਹੀ ਹੁਣ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਜਿਸ ਤਰੀਕੇ ਨਾਲ ਕਿਹਾ ਬਿਜ਼ਨਸ ਦੇ ਆਧਾਰ ਤੇ ਕਿ ਬਿਜ਼ਨਸ ਹੈਗਾ ਕਿ ਸਾਰਿਆਂ ਨੂੰ ਮੁਕੰਮਲ ਟਾਈਮ ਦਿੱਤਾ ਜਾਊਗਾ। ਕੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਇੱਕ ਚਿੱਠੀ ਜਿਹੜੀ ਦਿੱਤੀ ਸੀ ਸੈਸ਼ਨ ਦੇ ਵਿੱਚ, ਕਿਹਾ ਕਿ ਸੈਸ਼ਨ ਚੱਲ ਰਿਹਾ ਤੇ 3 ਬੈਠਕਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਤੁਸੀਂ ਬੁਲਾ ਲਓ ਜਿਨ੍ਹਾਂ ਦੇ ਵਿੱਚ ਅਸੀਂ ਇਹ ਮੁੱਦੇ ਜਿਹੜੇ ਵਿਚਾਰ ਦਿੰਦੇ ਹਾਂ। ਤੁਸੀਂ 3 ਵਿਸ਼ੇਸ਼ ਬੈਠਕਾਂ ਤਾਂ ਉਸ ਚੱਲ ਰਹੇ ਜਿਹੜਾ ਬਜਟ ਸੈਸ਼ਨ ਉਹਨੂੰ ਜਿਹੜਾ ਉਠਾਇਆ ਸੀ ਉਹਦੇ ਵਿੱਚ ਤਾਂ ਤੁਸੀਂ ਸੱਦ ਨਹੀਂ ਸਕੇ, ਤੇ ਇਹ 3 ਦਿਨ ਦੇ ਸੈਸ਼ਨ ਦੇ ਵਿੱਚ ਕੀ ਤੁਸੀਂ ਉਹਨਾਂ ਵਿਧਾਇਕਾਂ ਨੂੰ ਟਾਈਮ ਦਿਓਗੇ, ਚਾਹੇ ਉਹ ਵਿਰੋਧੀ ਧਿਰ ਦੇ ਨੇ ਚਾਹੇ ਉਹ ਸੱਤਾਧਾਰੀ ਧਿਰ ਦੇ ਨੇ ਜਿਹੜੇ ਵੱਖ ਵੱਖ ਮੁੱਦਿਆਂ ਤੇ ਸਰਕਾਰ ਤੋਂ ਜਵਾਬ ਚਾਹੁੰਦੇ ਆ? ਹਾਲਾਂਕਿ ਇਹ ਵੀ ਪਤਾ ਲੱਗਾ ਕਿ ਅਜੇ ਤੱਕ ਦਾ ਜਿਹੜਾ ਏਜੰਡਾ ਆ ਉਹ ਵੀ ਕਈਆਂ ਵਿਧਾਇਕਾਂ ਨੂੰ ਅਜੇ ਤੱਕ ਨਹੀਂ ਪਹੁੰਚਿਆ। ਹਾਲਾਂਕਿ ਅੱਜ ਫਿਰ ਕਹਿੰਦੇ ਆ ਕਿ ਸਾਰਾ ਕੁਝ ਆਨਲਾਈਨ ਸਿਸਟਮ ਹੈਗਾ, ਇਹ ਵੀ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਪਹੁੰਚਿਆ, ਜਿਹੜਾ 2 ਤਰੀਕ ਨੂੰ ਸੈਸ਼ਨ ਹੋਣਾ, ਚਲੋ ਅਗਲੇ ਹਫ਼ਤੇ ਹੋ ਜਾਊਗਾ। ਮੁੱਖ ਮੰਤਰੀ ਸਾਹਿਬ ਤਾਂ ਚਲੋ ਦੋਗਲੀ ਰਾਜਨੀਤੀ ਕਰਦੇ ਹੀ ਕਰਦੇ ਆ, ਉਹਨਾਂ ਦਾ ਚਲੋ ਸੁਭਾਅ ਆ, ਜਾਂ ਮੁੱਖ ਮੰਤਰੀਆਂ ਨੇ ਸਾਰਾ ਕੁਝ ਵੇਖ ਕੇ ਕਰਨਾ ਹੁੰਦਾ, ਪਰ ਸਪੀਕਰ ਦਾ ਉਹਦਾ ਵਿਧਾਨ ਸਭਾ ਦੇ ਵਿੱਚ ਸਭ ਤੋਂ ਉੱਚਾ, ਔਰ ਇਹ ਆਸ ਕੀਤੀ ਜਾਂਦੀ ਆ ਕਿ ਸਪੀਕਰ ਨਿਰਪੱਖ ਹੋ ਕੇ ਕੰਮ ਕਰੂਗਾ। ਹਾਲਾਂਕਿ ਕਦੀ ਨਿਰਪੱਖ ਹੋ ਕੇ ਕਿਸੇ ਨੇ ਕੀਤਾ ਨਹੀਂ। ਹਾਂ, ਇੱਕ ਹੁੰਦਾ ਸੀ PC ਸਿਗਮਾ ਸੀ ਨਾਂ ਲੋਕ ਸਭਾ ਦਾ ਸਪੀਕਰ, ਜਿਸ ਨੂੰ ਵੱਲੋਂ ਕਿਹਾ ਜਾਂਦਾ ਕਿ ਹਾਂ ਪਤਾ ਉਹ ਨਿਰਪੱਖ ਹੋ ਕੇ ਗੱਲ ਕਰਦਾ। ਉਸ ਤੋਂ ਮਗਰੋਂ ਸਿੱਧੂ ਸਾਹਿਬ ਮੈਂ ਨਹੀਂ ਕਦੀ ਕੋਈ ਸਪੀਕਰ ਵੇਖਿਆ, ਨਾ ਵਿਧਾਨ ਸਭਾ ਦਾ ਨਾ ਲੋਕ ਸਭਾ ਦਾ, ਜਿਸ ਨੇ ਕਦੀ ਨਿਰਪੱਖ ਹੋ ਕੇ ਗੱਲ ਕੀਤੀ ਹੋਵੇ। ਹਰ ਬੰਦਾ ਆਪੋ ਆਪਣੀ ਪਾਰਟੀ ਦੀ ਗੱਲ ਕਰਦਾ, ਪਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਵਿੱਚ ਤਾਂ ਸਪੀਕਰ ਦਾ ਰੋਲ ਹੋਰ ਵੀ ਹੋਰ ਤਰੀਕੇ ਦਾ ਹੋ ਜਾਂਦਾ ਕਿ ਜਿੱਥੇ ਉਹ ਆਪਣੇ ਹੀ ਵਿਧਾਇਕ ਨੂੰ
ਚਾਹੇ ਖਾਸ ਤੌਰ 'ਤੇ ਖਬਰ ਵਿਜੇ ਪ੍ਰਤਾਪ ਸਿੰਘ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਜਦੋਂ ਬੋਲਣ ਲੱਗਦੇ ਆ। ਹਾਂਜੀ ਹਾਂਜੀ ਤੁਹਾਡੀ ਗੱਲ ਕਲੀਅਰ ਹੋ ਗਈ ਆ, ਹੋ ਗਿਆ ਤੁਹਾਡਾ ਜਵਾਬ ਉਸ ਵੇਲੇ ਬਾਹਰ ਦਿੱਤਾ ਜਾਂਦਾ, ਕਿਉਂਕਿ ਆਪਣੀ ਪਾਰਟੀ ਦੇ ਪ੍ਰਤੀ ਤਾਂ ਤੁਸੀਂ ਪੱਖਪਾਤੀ ਰਹੋ ਘੱਟੋ ਘੱਟ, ਜੇ ਤੁਹਾਡਾ ਵਿਧਾਇਕ ਕੋਈ ਬੋਲਦਾ ਸਮਾਂ ਮਿਲਦਾ ਤਾਂ ਉਸਨੂੰ ਵੀ ਤਾਂ ਸਮਾਂ ਦਿਉ। ਸੋ ਇਹੋ ਜਿਹਾ ਪੱਖਪਾਤੀ ਰਵੱਈਆ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੇਖਣ ਨੂੰ ਮਿਲਿਆ ਕਿ ਜਿੱਥੇ ਸਪੀਕਰ ਜਿਹੜਾ ਨਿਰਪੱਖ ਰਹਿ ਕੇ ਨਾ ਤਾਂ ਵਿਰੋਧੀ ਧਿਰ ਦੀ ਗੱਲ ਕਰ ਰਿਹਾ ਅਤੇ ਨਾ ਆਪਣੇ ਬੰਦਿਆਂ ਦੀ ਗੱਲ ਕਰ ਰਿਹਾ। ਬਾਕੀ ਬਲਤਾਰ ਸਿੰਘ ਸਿੱਧੂ ਉਹਨਾਂ ਨੇ ਇਹ ਬਿਆਨ ਦੇ ਤੇ ਦਿੱਤਾ ਕਿ ਹਾਂ ਭਈ ਠੀਕ ਆ, ਬਹੁਤ ਕੁਝ ਹੋਊਗਾ ਉਹਨਾਂ ਦੇ ਮੁਤਾਬਕ, ਠੀਕ ਹੋ ਸਕਦਾ। ਹੁਣ 117 ਵਿਧਾਇਕ ਨੇ, 117 ਵਿਧਾਇਕਾਂ ਨੂੰ ਟਾਈਮ ਦੇ ਹਿਸਾਬ ਦੇ ਨਾਲ ਤੁਸੀਂ ਵੇਖ ਲਓ ਤਾਂ ਟਾਈਮ ਦੇ ਹਿਸਾਬ ਦਾ ਕਿੱਥੇ ਇੰਨੀ ਗੱਲ ਚੱਲਦੀ ਆ। ਪਰ ਸਿੱਧੂ ਸਾਹਿਬ ਸਰਕਾਰ ਸ਼ਾਇਦ ਉਹੀ ਗੱਲ ਜਿਹੜੀ ਬੀਤੇ ਦੌਰ 'ਚ ਅਸੀਂ ਕਰਦੇ ਰਹੇ ਹਾਂ ਕਿ ਸਵਾਲਾਂ ਤੋਂ ਭੱਜਦੀ ਆ, ਜਵਾਬ ਦੇਣ ਨੂੰ ਹੈ ਕੁਝ ਨਹੀਂ, ਅਤੇ ਇਸੇ ਹੀ ਕਾਰਨ ਜਿਹੜਾ ਆ ਸੈਸ਼ਨ ਜਿਹੜਾ ਛੋਟਿਆਂ ਰੱਖਿਆ ਜਾ ਰਿਹਾ। ਜਦੋਂ ਵਿਰੋਧੀ ਧਿਰ 'ਚ ਹੁੰਦੇ ਆ ਵਿਰੋਧੀ ਧਿਰ, ਉਦੋਂ ਗੱਲ ਹੋਰ ਹੁੰਦੀ, ਉਦੋਂ ਰੌਲਾ ਪਾ ਪਾ ਕੇ ਲੋਕਾਂ ਦੇ ਵਿੱਚ ਆਪਣੇ ਆਪ ਦੀ ਤਸਵੀਰ ਆਪੋ ਆਪਣਾ ਅਕਸ ਬਹਾਲ ਕਰਦਾ ਹੁੰਦਾ ਕਿ ਅਸੀਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਲੇ ਬੰਦੇ ਆ, ਅਤੇ ਜਦੋਂ ਫਿਰ ਸੱਤਾਧਾਰੀ ਧਿਰ ਦੇ ਵਿੱਚ ਆ ਜਾਂਦੇ ਆ ਫਿਰ ਉਦੋਂ ਇਹ ਕਿਹਾ ਜਾਂਦਾ ਕਿ ਅਸੀਂ ਹੁਣ ਸਰਕਾਰ ਚਲਾਉਣੀ ਆ, ਸਰਕਾਰ ਦੀ ਗੱਲ ਕਰ ਰਹੀ ਲੋਕਤੰਤਰ ਸਾਈਡ 'ਤੇ ਆ। ਤਾਂ ਸ਼ਾਇਦ ਇਹੋ ਹੀ ਕਰਦਾ ਕਿ ਇਸ ਮੁੱਦੇ 'ਤੇ ਵੀ ਕੁਲਤਾਰ ਸਿੰਘ ਸਧਵਾ ਦਾ ਉਸੇ ਤਰੀਕੇ ਨਾਲ ਦੋਗਲਾ ਚਿਹਰਾ ਸਾਹਮਣੇ ਆ ਗਿਆ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਭਗਵੰਤ ਮਾਨ ਹੋਣਾ ਦੇ ਸੰਦਰਭ 'ਚ ਜਿਹੜੀ ਗੱਲ ਜਿਹੜੀ ਆ ਉਹ ਕੀਤੀ ਹੈਗੀ ਜੀ। ਉਧਰ ਹਾਈ ਕੋਰਟ ਨੇ ਇੱਕ ਰਿਪੋਰਟ ਜਿਹੜੀ ਆ ਬੜੀ ਅਹਿਮ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਨਾ ਮਨਜ਼ੂਰ ਕਰ ਦਿੱਤੀ ਆ। ਉਸ ਰਿਪੋਰਟ ਬਾਰੇ ਦੱਸਿਓ ਆਪਣੇ ਦਰਸ਼ਕਾਂ ਨੂੰ ਕਿ ਕੀ ਰਿਪੋਰਟ ਸੀ ਔਰ ਕਿੰਨਾ ਕੁ ਵੱਡਾ ਝਟਕਾ ਔਰ ਲੋਕਾਂ ਦੇ ਲਈ ਕੀ ਕੁਝ ਸੋਚਣਾ ਚਾਹੀਦਾ ਇਸ ਬਾਰੇ। ਸਿੱਧੂ ਸਾਹਿਬ ਰਿਪੋਰਟ ਵਾਸਤੇ ਬਹੁਤ ਸਨਸਨੀਖੇਜ਼ ਰਿਪੋਰਟ ਹੈ ਜਿਹੜੀ, ਉਹ ਰਿਪੋਰਟ ਜਿਹੜੇ ਖੁਲਾਸੇ ਹੋਏ ਨੇ ਔਰ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਰਿਪੋਰਟ ਜਿਹੜੀ ਰੱਦ ਕੀਤੀ ਹੈ। 2010 ਦੇ ਵਿੱਚ ਮੋਹਾਲੀ ਦਾ ਇੱਕ ਵਸਨੀਕ ਬਰਜਿੰਦਰ ਸਿੰਘ ਉਹਦਾ ਨਾਂ ਆ ਸਿੱਧੂ ਸਾਹਿਬ, ਉਹ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਦਾ ਜਿਹਦੇ ਵਿੱਚ ਉਹ ਮੰਗ ਕਰਦਾ ਕਿ ਮਾਲਵਾ ਦੇ ਖੇਤਰ ਦੇ ਜਿਹੜੇ ਜ਼ਿਲ੍ਹੇ ਨੇ ਬਠਿੰਡਾ ਮਾਨਸਾ ਜਿਹੜੇ ਉਸ ਜ਼ਿਲ੍ਹੇ ਦੇ ਖਾਸ ਤੌਰ 'ਤੇ ਮਾਲਵਾ ਖੇਤਰ, ਕਹਿੰਦਾ ਕਿ ਉਹਨਾਂ ਖੇਤਰਾਂ ਦੇ ਮਾਲਵੇ ਦੇ ਖੇਤਰ ਦੇ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਧਰਤੀ ਹੇਠਲਾ ਪਾਣੀ ਆ ਸਿੱਧੂ ਸਾਹਿਬ ਉਹ ਕਹਿੰਦੇ ਦੂਸ਼ਿਤ ਹੋ ਚੁੱਕਾ, ਉਹ 'ਚ ਯੂਰੇਨੀਅਮ ਦੀ ਜਿਹੜੀ ਮਾਤਰਾ ਆ ਨਿਰਧਾਰਿਤ ਮਾਤਰਾ ਤੋਂ ਵੱਧ ਪਾਈ ਜਾਂਦੀ ਆ ਜਿਸ ਕਾਰਨ ਉੱਧਰ ਦਾ ਪਾਣੀ ਜਿਹੜਾ ਪੀਣ ਯੋਗ ਨਹੀਂ ਰਿਹਾ ਅਤੇ ਦੂਜੇ ਪਾਸੇ ਉਹ ਕੈਂਸਰ ਦੇ ਮਰੀਜ਼ਾਂ ਨੂੰ ਜਨਮ ਦੇ ਰਿਹਾ ਅਤੇ ਇਸ ਦੀ ਜਾਂਚ ਜਿਹੜੀ ਹੋਣੀ ਚਾਹੀਦੀ। 2010 'ਚ ਉਸ ਬੰਦਾ ਪਟੀਸ਼ਨ ਜਿਹੜੀ ਉਹ ਦਾਇਰ ਕਰਦਾ, 14 ਸਾਲ ਸਿੱਧੂ ਸਾਹਿਬ ਜਿਹੜਾ ਹਾਈ ਕੋਰਟ ਨਿਰਦੇਸ਼ ਦਿੰਦੀ ਆ ਕਿ ਹਾਂ ਵੀ ਉਸ ਪਾਣੀ ਦੀ ਜਿਹੜੀ ਆ ਉਹ ਜਾਂਚ ਕੀਤੀ ਜਾਂਦੀ ਆ, ਜਾਂਚ ਕੀਤੀ ਜਾਂਦੀ ਆ ਭਾਵਾ ਬਾਂਬਾ ਜਿਹੜਾ ਰੈਗੂਲੇਟਰੀ ਕਮਿਸ਼ਨ ਹੈਗਾ ਉਹਨਾਂ ਕੋਲ, ਅਤੇ ਸਿੱਧੂ ਸਾਹਿਬ ਉਹ ਜਦੋਂ ਰਿਪੋਰਟ ਪੇਸ਼ ਕਰਦਾ, ਰਿਪੋਰਟ ਪੇਸ਼ ਕਰਦਾ ਤਾਂ ਰਿਪੋਰਟ ਦੇ ਵਿੱਚ ਉਹ ਦੱਸਦਾ ਕਿ 36% ਜਿਹੜੇ ਪ੍ਰਤੀਸ਼ਤ ਪਾਣੀ ਜਿਹੜਾ ਉਹ ਨਮੂਨੇ ਜਿਹੜੇ ਫੇਲ ਹੋ ਜਾਂਦੇ ਆ, ਔਰ ਦੱਸਦਾ ਕਿ ਜਿਹੜਾ ਉਹਨਾਂ ਜ਼ਿਲ੍ਹਿਆਂ ਦਾ ਪਾਣੀ ਆ ਉਹਨਾਂ ਦੇ ਵਿੱਚ ਯੂਰੇਨੀਅਮ ਦੀ ਜਿਹੜੀ ਮਾਤਰਾ ਆ ਉਹ ਕਿਤੇ ਜ਼ਿਆਦਾ ਆ ਜਿਹੜੀ PPB ਨਿਰਧਾਰਿਤ ਕੀਤੀ ਜਾਂਦੀ ਆ ਪਾਣੀ ਦੇ ਵਿੱਚ ਯੂਰੇਨੀਅਮ ਦੀ, ਉਹ 66 PPB ਗੱਲ ਕਰਦਾ ਕਿ ਇੰਨੀ ਨਿਰਧਾਰਿਤ ਹੋਣੀ ਚਾਹੀਦੀ ਅਤੇ ਪਾਣੀ ਉਹ ਪੀਣ ਯੋਗ ਆ। ਪਰ ਕਹਿੰਦਾ ਇਹਨਾਂ ਖੇਤਰਾਂ ਦੇ ਪਾਣੀ ਵਿੱਚ ਜਿਹੜੀ ਯੂਰੇਨੀਅਮ ਦੀ ਹੈਗੀ ਮਾਤਰਾ ਉਹ 684 PPB ਹੈਗੀ ਆ, ਭਾਵ ਕਿ ਪਾਣੀ ਕਿਸੇ ਵੀ ਸੂਰਤ ਵਿੱਚ ਪੀਣ ਯੋਗ ਉਹ ਨਹੀਂ ਹੈਗਾ, ਜੇ ਪੀਓਗੇ ਤਾਂ ਉੱਥੇ ਕੈਂਸਰ ਦੇ ਮਰੀਜ਼ ਜਿਹੜੇ ਆਮ ਵਧਣਗੇ ਅਤੇ ਉਹ ਸਾਰਾ ਵਰਤਾਰਾ ਚੱਲਦਾ ਪਿਆ। ਹੁਣ ਸਿੱਧੂ ਸਾਹਿਬ ਇਹ ਪਟੀਸ਼ਨ ਜਿਹੜੀ 14 ਸਾਲ ਹੋ ਚੱਲੇ ਤਾਂ ਉਹ ਜਾਂਚ ਹੋਈ, ਜਦੋਂ ਹੁਣ ਇਹ ਰਿਪੋਰਟ ਆਈ ਸਾਹਮਣੇ ਤਾਂ ਇਹ ਰਿਪੋਰਟ ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਵੱਲੋਂ ਭੇਜੀ ਗਈ ਹਾਈ ਕੋਰਟ, ਜਦੋਂ ਹਾਈ ਕੋਰਟ ਨੇ ਇਹ ਰਿਪੋਰਟ ਦੇਖੀ ਔਰ ਹਾਈ ਕੋਰਟ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਔਰ ਉਹਨਾਂ ਨੇ ਇਹ ਗੱਲ ਵੀ ਮੰਗ ਕੀਤੀ ਆ ਕਿ ਸਮੁੱਚੇ ਪੰਜਾਬ ਦਾ ਪਾਣੀ ਜਿਹੜਾ ਸਾਰੇ ਜ਼ਿਲ੍ਹਿਆਂ ਦਾ, ਕੇਵਲ ਮਾਲਵਾ ਖੇਤਰ ਦੀ ਮਾਝਾ ਵੀ ਦਬਾਬਾ ਵੀ, ਇਹਨਾਂ ਸਾਰੇ ਖੇਤਰਾਂ ਦਾ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ ਉਹ ਚੈੱਕ ਕੀਤਾ ਜਾਵੇ, ਚੈੱਕ ਕਰਕੇ ਦੱਸਿਆ ਜਾਵੇ ਕਿ ਹਾਂ ਭਈ ਪਾਣੀ ਕਿੰਨੇ ਪ੍ਰਤੀਸ਼ਤ ਪੀਣ ਯੋਗ ਹੈ ਤਾਂ ਕਿੰਨੇ ਪ੍ਰਤੀਸ਼ਤ ਪੀਣ ਯੋਗ ਨਹੀਂ ਹੈਗਾ। ਹੁਣ ਇਸ ਮੁੱਦੇ 'ਤੇ ਸਰਕਾਰ ਜਿਹੜੀ ਹੈ ਸਿੱਧੂ ਸਾਹਿਬ ਘਿਰ ਗਈ ਹੈ, ਕਿਉਂਕਿ ਬੀਤੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ, ਮੈਨੂੰ ਨਾ ਭੁੱਲ ਗਿਆ ਕਿ ਜਿਹੜੀ ਇੱਕ ਬਿੱਲ ਦੇ ਸੰਬੰਧੀ ਵੀ
ਇਲਾਕੇ ਦੇ ਵਿੱਚ ਰੌਲਾ ਪਿਆ ਸੀ ਕਿ ਉੱਥੋਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈਗਾ, ਜਿਹੜੀ ਕਿਸੇ ਵਿਧਾਇਕ ਦੀ ਸਾਬਕਾ ਵਿਧਾਇਕ ਦੀ ਫੈਕਟਰੀ ਸੀ, ਦਿੱਲੀ ਦਾ ਵਿਧਾਇਕ ਹੈ, ਮੈਨੂੰ ਉਹਦਾ ਨਾਂ ਭੁੱਲ ਗਿਆ ਉਸ ਕੇਸ ਦਾ, ਉਸ ਮੇਲਾ ਦਾ ਵੀ ਪਾਣੀ ਜਿਹੜਾ ਪੀਣ ਯੋਗ ਉਸ ਏਰੀਏ ਦਾ ਨਹੀਂ ਹੈਗਾ, ਖਾਸ ਤੌਰ 'ਤੇ ਤਬਾਦਲੇ ਦਾ, ਜਦੋਂ ਕਿ ਮੁੱਖ ਮੰਤਰੀ ਸਾਹਿਬ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਧਰਨਾ ਕਾਫੀ ਚਿਰ ਲੱਗਾ ਰਿਹਾ ਉਸ ਬਿੱਲ ਦੇ ਸਾਹਮਣੇ। ਜੇਕਰ ਇੱਕ ਮੇਲ ਦਾ ਦੂਜੇ ਪਾਸੇ ਹੁਣ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਆਰਡਰ ਦੇ ਦਿੱਤੇ ਨੇ ਕਿ ਸਮੁੱਚੇ ਪੰਜਾਬ ਦਾ ਪਾਣੀ ਜਿਹੜਾ ਉਹ ਕੀਤਾ ਜਾਵੇ, ਤਾਂ ਸਿੱਧੂ ਸਾਹਿਬ ਜ਼ਿਆਦਾ ਇਲਾਕਿਆਂ ਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਹੈ, ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਵੱਡੀਆਂ ਵੱਡੀਆਂ ਮਿੱਲਾਂ ਨੇ, ਉਹਨਾਂ ਦੇ ਕਰਕੇ ਪੀਣ ਯੋਗ ਹੈ ਹੀ ਨਹੀਂ, ਚਾਹੇ ਉਹ ਕੋਈ ਫੈਕਟਰੀ ਹੋਵੇ। ਤਾਂ ਅਜਿਹੀ ਸੂਰਤ ਵਿੱਚ ਪੰਜਾਬ ਸਰਕਾਰ ਦੇ ਵਾਸਤੇ ਇਹ ਹੁਣ ਖਤਰੇ ਦੀ ਗਿਣਤੀ ਕਿ ਹਾਈ ਕੋਰਟ ਨੇ ਇਹ ਗੱਲ ਕਹਿਤੀ ਕਿ ਹਾਂ ਵੀ ਪਾਣੀ ਜਿਹੜਾ ਸਿਹਤ ਦੇ ਸੰਬੰਧ ਵਿੱਚ ਕਿਸੇ ਵੀ ਸੂਰਤ ਨਾਲ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਤਾਂ ਪੰਜਾਬ ਸਰਕਾਰ ਨੂੰ ਉਹਨੇ ਹੁਣ ਨਿਰਦੇਸ਼ ਜਿਹੜੇ ਆ ਸਿੱਧੂ ਸਾਹਿਬ ਦੇ ਦਿੱਤੇ, ਅਤੇ ਇਸ ਰਿਪੋਰਟ ਨੂੰ ਉਹਨਾਂ ਨੇ ਰੱਦ ਕੀਤਾ ਕਿ ਨਹੀਂ, ਏਅਰਪੋਰਟ ਦੁਬਾਰਾ ਜਿਹੜੀ ਉਹ ਤਿਆਰ ਕੀਤੀ ਜਾਵੇ ਅਤੇ ਪੂਰੇ ਤੌਰ 'ਤੇ ਭੇਜਿਆ ਜਾਵੇ। ਤਾਂ ਹੁਣ ਇਹ ਵੇਖਣਾ ਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਕਿਵੇਂ ਗੱਲ ਕਰਦੀ ਹੈ, ਕਿਉਂਕਿ ਦੋ ਹੀ ਚੀਜ਼ਾਂ ਪੰਜਾਬ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਪੰਜਾਬ 'ਚ ਲੈ ਕੇ ਆਈ ਸੀ, ਇੱਕ ਸਿਹਤ ਅਤੇ ਇੱਕ ਸਿੱਖਿਆ। ਹੁਣ ਤੁਸੀਂ ਸਿੱਖਿਆ ਦਾ ਤਾਂ ਹਾਲ ਜਿਹੜਾ ਕੁਝ ਹੋ ਹੀ ਰਿਹਾ ਉਹ ਤਾਂ ਸਾਰੇ ਲੋਕਾਂ ਨੂੰ ਪਤਾ ਹੀ, ਉਚੇਰੀ ਸਿੱਖਿਆ ਦਾ, ਪਰ ਜਿਸ ਤਰੀਕੇ ਦੀ ਇਹ ਜਾਂਚ ਸਾਹਮਣੇ ਆਈ ਹੈ ਕਿ ਉਹਨਾਂ ਇਲਾਕਿਆਂ ਦਾ 36% ਪਾਣੀ ਪੀਣ ਯੋਗ ਵੀ ਨਹੀਂ ਹੈਗਾ, ਤਾਂ ਸਿੱਧੂ ਸਾਹਿਬ ਫਿਰ ਤੁਸੀਂ ਇਹ ਵੇਖ ਲਓ ਜਿਹੜੀ ਕਹਿੰਦੇ ਬਠਿੰਡੇ ਤੋਂ ਰਾਜਸਥਾਨ ਕੈਂਸਰ ਨਾਮ ਦੀ ਇੱਕ ਟ੍ਰੇਨ ਚੱਲਦੀ ਆ, ਕਿਹੋ ਜਿਹੇ ਹਾਲਾਤਾਂ 'ਚ ਉੱਥੇ ਲੋਕ ਜਿਹੜੇ ਰਹਿ ਰਹੇ ਨੇ ਜਾਂ ਕਿਹੋ ਜਿਹੇ ਲੋਕਾਂ ਦਾ ਉੱਥੇ ਜੀਵਨ ਆਚਰਣ ਜਾਂ ਜੀਵਨ ਪੱਧਰ ਹੋ ਸਕਦਾ। ਹੁਣ ਸਰਕਾਰ ਵੇਖਣ ਕਿ ਸਰਕਾਰ ਇਸ ਮੁੱਦੇ 'ਤੇ ਆਪਣਾ ਅਗਲਾ ਕਦਮ ਕੀ ਚੁੱਕਦੀ ਆ। ਬਾਕੀ ਹਾਈ ਕੋਰਟ ਨੇ ਤਾਂ ਸਰਕਾਰ ਨੂੰ ਜਿਹੜਾ ਸ਼ੀਸ਼ਾ ਸਿੱਧੂ ਸਾਹਿਬ ਇੱਕ ਵਾਰ ਜ਼ਰੂਰ ਜਿਹੜਾ ਵਿਖਾ ਦਿੱਤਾ ਹੈ। ਬਿਲਕੁਲ ਜੀ ਅਣਖ ਸਾਹਿਬ, ਉੱਧਰ ਕੱਲ ਹਰਚੰਦ ਸਿੰਘ ਲੌਂਗੋਵਾਲ ਹੋਲਾਂ ਦੀ ਬਰਸੀ ਦੇ ਸਮਾਗਮ ਦੇ ਉੱਪਰ ਲਕੀਰ ਖਿੱਚੀ ਗਈ ਹੈ ਔਰ ਆਹਮੋ ਸਾਹਮਣੇ ਕੱਲ ਸਟੇਜਾਂ ਲੱਗੀਆਂ। ਬਾਗੀ ਧੜੇ ਦੀ ਅਲੱਗ ਸਟੇਜ ਲੱਗੀ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਲੱਗ ਸਟੇਜ ਲੱਗੀ ਔਰ ਇਕੱਠ ਦੋਵਾਂ ਪਾਸੇ ਭਰਮਾ ਸੀਗਾ। ਕੀ ਕੁਝ ਖਾਸ ਰਿਹਾ, ਕੌਣ ਕਿਸ ਤੇ ਭਾਰੀ ਪੈਂਦਾ ਜਿਹੜਾ ਦਿਖਾਈ ਦਿੱਤਾ ਜੀ? ਸਿੱਧੂ ਸਾਹਿਬ ਬਿਲਕੁਲ ਤੁਸੀਂ ਠੀਕ ਹੈ ਕਿ ਆਹਮੋ ਸਾਹਮਣੇ ਜਿਹੜੀਆਂ ਸਟੇਜਾਂ ਲੱਗੀਆਂ ਸੁਖਬੀਰ ਸਿੰਘ ਬਾਦਲ ਹੋਣਾ ਵਾਲੀ ਵੀ ਤੇ ਦੂਜੇ ਪਾਸੇ ਬਾਗੀ ਧੜੇ ਦੇ ਭਾਰੀ। ਸਿੱਧੂ ਸਾਹਿਬ ਕੌਣ ਕਿਸੇ ਤੇ ਪਿਆ ਜਾਂ ਕੌਣ ਕਿਸੇ ਤੇ ਨਹੀਂ ਪਿਆ ਉਹ ਗੱਲ ਤਾਂ ਆਪਾਂ ਬਾਅਦ ਚ ਕਰਦੇ, ਪਰ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਟੇਜ ਦੇ ਉੱਤੋਂ ਵੱਖ ਵੱਖ ਮੁੱਦਿਆਂ ਬਾਰੇ ਪਾਣੀਆਂ ਦੀ ਗੱਲ ਕੀਤੀ, ਸਿੱਖ ਸੰਸਥਾਵਾਂ ਨੂੰ ਜਿਸ ਤਰੀਕੇ ਨਾਲ ਭਾਜਪਾ ਕਮਜ਼ੋਰ ਕਰ ਰਹੀ ਆ ਉਹਦੀ ਗੱਲ ਕੀਤੀ, ਤੇ ਨਾਲ ਹੀ ਨਾਲ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕੀਤੀ। ਉਸ ਗੱਲ ਤੋਂ ਸੁਖਬੀਰ ਸਿੰਘ ਬਾਦਲ ਦਾ ਉਹ ਚਿਹਰਾ ਸਾਹਮਣੇ ਆਇਆ ਕਿ ਉਸਨੇ ਅੰਦਰੂਨੀ ਜਿਹੜਾ ਪਾਰਟੀ ਦਾ ਕਲੇਸ਼ ਆ ਉਸਨੂੰ ਆਧਾਰ ਬਣਾ ਕੇ ਕੋਈ ਵੀ ਜਿਹੜੀ ਗੱਲ ਉੱਥੇ ਨਹੀਂ ਕੀਤੀ, ਤੇ ਇੱਕ ਆਪਣੇ ਆਪ ਨੂੰ ਪੰਜਾਬ ਦਾ ਸੱਚਾ ਲੀਡਰ ਸੱਚਾ ਹਿਤੈਸ਼ੀ ਹੋ ਕੇ ਉਹਨੇ ਆਪਣੇ ਆਪਣਾ ਉਹ ਰੂਪ ਜਿਹੜਾ ਉਹ ਪੇਸ਼ ਕੀਤਾ। ਤੇ ਦੂਜੇ ਪਾਸੇ ਜਿਹੜੀ ਬਾਗੀ ਧੜੇ ਦੀ ਸਿੱਧੂ ਸਾਹਿਬ ਸਟੇਜ ਸੀ ਉੱਥੇ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਸ਼ਬਦ ਰੂਪੀ ਗਾਲਾਂ ਹੀ ਕੱਢੀਆਂ ਗਈਆਂ। ਹਰ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ, ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਸੀ, ਚਾਹੇ ਬੀਬੀ ਜਗੀਰ ਕੌਰ ਸੀ, ਚਾਹੇ ਕੋਈ ਵੀ ਸੀ, ਸਾਰਿਆਂ ਨੇ ਇੰਨੀ ਗੱਲ ਕਹੀ ਕਿ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜੇਕਰ ਕਮਜ਼ੋਰ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਹੀ ਗੱਲਾਂ ਜਿਹੜੀਆਂ ਅਸੀਂ ਕਰਦੇ ਨੇ ਕਿ ਹਾਂ ਵੀ ਇਹਦੇ ਕੋਲ ਪ੍ਰਧਾਨਗੀ ਜਿਹੜੀ ਆ ਲਓ। ਸੁਖਦੇਵ ਸਿੰਘ ਢੀਂਡਸਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹਾਂ ਵੀ ਜਿੰਨਾ ਚਿਰ ਤੱਕ ਪ੍ਰਧਾਨਗੀ ਇਹਨਾਂ ਕੋਲ ਨਹੀਂ ਲਈ ਜਾਂਦੀ ਨਹੀਂ ਦਿੰਦੇ ਉਹਨਾਂ ਚਿਰ ਅਕਾਲੀ ਦਲ ਕਿਸੇ ਵੀ ਸੂਰਤ ਸਰਵਾਈਵ ਜਿਹੜਾ ਨਹੀਂ ਕਰ ਸਕਦਾ। ਔਰ ਦਿਲਚਸਪ ਗੱਲ ਸਿੱਧੂ ਸਾਹਿਬ ਇਹ ਆ ਕਿ ਸੰਗਰੂਰ ਹਲਕੇ 'ਚ ਮੀਟਿੰਗ ਜਿਹੜੀ ਰੈਲੀ ਹੋ ਰਹੀ ਹੋਵੇ ਸੁਖਬੀਰ ਸਿੰਘ ਬਾਦਲ ਆਪ ਬੋਲ ਰਹੇ ਹੋਣ, ਪਰ ਉਹਨੇ ਇੱਕ ਵੀ ਸ਼ਬਦ ਜਿਹੜਾ ਸੁਖਦੇਵ ਸਿੰਘ ਢੀਂਡਸੇ ਦੇ ਖਿਲਾਫ ਨਹੀਂ ਜੇ ਬੋਲਿਆ ਅਕਾਲੀ ਰੈਲੀ ਦੇ ਵਿੱਚ, ਤਾਂ ਜਿਸ ਨੂੰ ਸਿਆਸੀ ਜਿਹੜੇ ਵੱਡੇ ਜਾਣਕਾਰ ਦੇ ਉਹ ਸਮਝ ਰਿਹਾ ਕਿ ਸ਼ਾਇਦ ਅਗਲੇ ਦਿਨਾਂ 'ਚ ਕੁਝ ਹੋਰ ਵੀ ਵਾਪਰ ਸਕਦਾ, ਕਿਉਂਕਿ ਜਿਸ ਤਰੀਕੇ ਨਾਲ ਇੱਕ ਸਟੇਜ ਤੋਂ ਸ਼੍ਰੀਆਮ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਘੇਰਿਆ ਜਾ ਰਿਹਾ ਹੋਵੇ, ਹਰ ਚੀਜ਼ ਦਾ ਜ਼ਿੰਮੇਵਾਰ ਦਿਖਾਇਆ ਜਾਂਦਾ ਹੋਵੇ, ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਾਰੀ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਆ, ਕੇਵਲ ਤੇ ਕੇਵਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲ ਰਿਹਾ ਹੋਵੇ, ਤਾਂ ਫਿਰ ਭਾਰੂ ਤਾਂ ਸਿੱਧੂ ਸਾਹਿਬ ਸੁਖਬੀਰ ਸਿੰਘ ਬਾਦਲ ਹੀ ਪੈਂਦਾ ਦਿਖਾਈ ਦਿੰਦਾ ਉਹਨਾਂ ਦੇ ਉੱਤੇ। ਕਾਰਨ ਉਸਦਾ ਇਹ ਹੈ
ਕਿ ਸਿੱਧੂ ਸਾਹਿਬ ਲੋਕ ਜਿਹੜੇ ਨੇ ਤੁਹਾਡੀਆਂ ਇਹਨਾਂ ਗਾਲਾਂ ਨੂੰ ਬਹੁਤ ਕੁਝ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਆ, ਕਿਉਂਕਿ ਜੇਕਰ ਅੱਜ ਸੁਖਬੀਰ ਸਿੰਘ ਬਾਦਲ ਨੂੰ ਸਾਰੀਆਂ ਗੱਲਾਂ ਦਾ ਜ਼ਿੰਮੇਵਾਰ ਤੁਸੀਂ ਠਹਿਰਾ ਰਹੇ ਜੀ ਤਾਂ ਤੁਸੀਂ ਉਹਦੇ ਆਪ ਖੁਦ ਜ਼ਿੰਮੇਵਾਰ ਜੀ, ਕਿਉਂਕਿ ਕੋਰ ਕਮੇਟੀ ਦੇ ਮੈਂਬਰ ਉਹਨਾਂ ਦਿਨਾਂ ਵਿੱਚ ਤੁਸੀਂ ਵੀ ਰਹੇ ਜੀ। ਸੋ ਇਸ ਕਰਕੇ ਲੋਕ ਇਹ ਨਹੀਂ ਚਾਹੁੰਦੇ ਕਿ ਹਾਂ ਭਾਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨਾ ਬਣੇ, ਤੁਸੀਂ ਬੋਲੋ, ਲੋਕ ਚਾਹੁੰਦੇ ਨੇ ਕਿ ਉਹ ਖੇਤਰੀ ਪਾਰਟੀ, ਉਹ ਵਿਅਕਤੀ ਜਿਹੜਾ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ, ਅਸੀਂ ਉਹਦੇ ਮੰਗ ਰਹੇ ਹਾਂ। ਚਲੋ ਕੱਲ੍ਹ ਦੇ ਦਿਨ ਤੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਹੀ ਇਹਨਾਂ ਦੇ ਉੱਤੇ ਭਾਰੂ ਰਹੇ ਨੇ, ਕਿਉਂਕਿ ਉਹਨੇ ਉਹ ਮੁੱਦਿਆਂ ਦੇ ਸੰਬੰਧ ਦੇ ਵਿੱਚ ਲੋਕ ਚਾਹੁੰਦੇ ਆ ਕਿ ਹਾਂ ਭਾਈ ਇਹ ਕੁਝ ਹੋਵੇ, ਕਿਉਂਕਿ ਉਹ ਤਾਂ ਇੱਕੋ ਹੀ ਗੱਲ ਨੂੰ ਲੈ ਕੇ ਚੱਲੇ ਸੀ ਕਿ ਹਾਂ ਭਾਈ ਪਾਰਟੀ ਦਾ ਬੇੜਾ ਗਰਕ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੋਊਗਾ, ਪਰ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਸਾਰਿਆਂ ਦਾ ਹੱਥ ਹੈਗਾ। ਸੋ ਕੱਲ੍ਹ ਦੀ ਮੀਟਿੰਗ ਦੇ ਵਿੱਚ ਤਾਂ ਸਿੱਧੂ ਸਾਹਿਬ ਮੈਨੂੰ ਸੁਖਬੀਰ ਸਿੰਘ ਬਾਦਲ ਭਾਰੇ ਪੈਂਦੇ ਦਿਖਾਈ ਦਿੰਦੇ ਆ ਜੀ। ਚਲੋ ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ 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 ਸ਼ੁਕਰੀਆ ਸਿੱਧੂ ਸਾਹਿਬ। ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਅਹਿਮ ਖ਼ਬਰਾਂ ਤੇ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।